ਭਰ ਇਤਿਹਾਸ ਦਾ ਸਤਿਕਾਰ ਕਰਦੇ ਹਾਂ ਗੁਰਪਾਲ ਸਿੰਘ ਜੀ ਯੂਕੇ ਤੋਂ ਜਿਨ੍ਹਾਂ ਵੱਲੋਂ ਬੇਅੰਤ ਮਾਇਆ ਦਾ ਗੱਫਾ ਆਇਆ ਅਤੇ ਬਹੁਤ ਹੀ ਸਤਿਕਾਰਯੋਗ ਇਸ ਨਗਰ ਦੇ ਸਰਪੰਚ ਸਾਹਿਬ ਜਿਹੜੇ ਬੜੇ ਤਨ ਤੇਹੀ ਦੇ ਨਾਲ ਇਸ ਨਗਰ ਦੀ ਸੇਵਾ ਕਰ ਰਹੇ ਨੇ ਵੀਰ ਪਰਮਜੀਤ ਸਿੰਘ ਜੀ ਉਹਨਾਂ ਵੱਲੋਂ ਵੀ ਬੇਅੰਤ ਮਾਇਆ ਦਾ ਗੱਫਾ ਆਇਆ ਜਿਹੜੇ ਬੜੇ ਪਿਆਰ ਵਾਲੇ ਔਰ ਸਤਿਕਾਰ ਵਾਲੇ ਨੇ ਜ਼ਿੰਮੇਵਾਰੀਆਂ ਦੀ ਪੰਡ ਜਿਹਨਾਂ ਦੇ ਸਿਰ ਉੱਤੇ ਤੁਸੀਂ ਰੱਖੀ ਹੋਈ ਹੈ ਜਿਨ੍ਹਾਂ ਦਾ ਇਸ ਸਮਾਗਮ ਵਿੱਚ ਵੀ ਯੋਗਦਾਨ ਹੈ ਨੌਜਵਾਨਾਂ ਦਾ ਸਹਿਯੋਗ ਦੇ ਰਹੇ ਨੇ ਉਹਨਾਂ ਵੱਲੋਂ ਵੀ ਮਾਇਆ ਆਈ ਹੈ ਡਾਕਟਰ ਸਾਹਿਬ ਜਿਹੜੇ ਬੈਲਜੀਅਮ ਬੈਠੇ ਨੇ ਸਾਡੇ ਵੀਰ ਉਹਨਾਂ ਦੇ ਨਾਮ ਤੇ ਬੇਅੰਤ ਮਾਇਆ ਮੇਰੇ ਅਤੇ ਸਤਿਕਾਰਯੋਗ ਜਥੇਦਾਰ ਬਾਬਾ ਪ੍ਰਭ ਦਿਆਲ ਸਿੰਘ ਜੀ ਦਮਦਮੀ ਟਕਸਾਲ ਦੇ ਖਰੇ ਸਿੱਕੇ ਜਿਹੜੇ ਚੌੜੇ ਮਹਾਨ ਸਥਾਨ ਦੀ ਸੇਵਾ ਕਰਦੇ ਨੇ ਉਹ ਵੀ ਬੇਅੰਤ ਗੁਰੂ ਦੀਆਂ ਫੌਜਾਂ ਨਾਲ ਲੈ ਕੇ ਇੱਥੇ ਪਹੁੰਚੇ ਨੇ ਉਹਨਾਂ ਵੱਲੋਂ ਵੀ ਬੇਅੰਤ ਪਿਆਰ ਸਤਿਕਾਰ ਆਇਆ ਉਹਨਾਂ ਦਾ ਧੰਨਵਾਦ ਵੀਰ ਸਤਨਾਮ ਸਿੰਘ ਜੀ ਭਾਰਾਪੁਰੀ ਹੋਰ ਗੁਰੂ ਦੀਆਂ ਪਿਆਰੀਆਂ ਸੰਗਤਾਂ ਚੜ੍ਹਦੀ ਕਲਾ ਵਾਲੇ ਗੁਰਸਿੱਖ ਵੀਰ ਬਜ਼ੁਰਗ ਮਾਤਾਵਾਂ ਭੈਣਾਂ ਸਭਨਾਂ ਵੱਲੋਂ ਮਾਇਆ ਜੀ ਸਭ ਦਾ ਧੰਨਵਾਦ ਬਾਬੇ ਉਦੈ ਸਿੰਘ ਦੀ ਤੇਗ ਚੱਲਦੀ ਆ ਉਹੀ ਤੇਗ ਜਿਹੜੀ ਨਾਲ ਕੇਸਰੀ ਚੰਦ ਵਰਗੇ ਕਈਆਂ ਦੇ ਸਿਰ ਵੱਡੇ ਸੀ ਜਿਵੇਂ ਜੱਟ ਜਵਾਰ ਦੀਆਂ ਤੁੰਬੀਆਂ ਵੱਡ ਵੱਡ ਸੁੱਟਦਾ ਨਾ ਇੱਦਾਂ ਬਾਬਾ ਜੀ ਦੀ ਤੇਗ ਚੱਲਦੀ ਹੈ ਤੇ ਸਿਰ ਵੱਟ ਵੱਟ ਕੇ ਸੁੱਟੀ ਜਾਂਦੇ ਨੇ ਇੱਕ ਵਾਰੀ ਹਲਚਲ ਮੱਚ ਗਈ ਸਿਰਾਂ ਦੇ ਅੰਬਾਰ ਲੱਗ ਗਏ ਕੋਈ ਡਰਦਾ ਨੇੜੇ ਨਾ ਆਵੇ ਔਰ ਰਾਹ ਆਪਣੇ ਆਪ ਬਣਦਾ ਗਿਆ ਦੋਵੇਂ ਬਾਬਾ ਜੀ ਬਾਬਾ ਅਜੀਤ ਸਿੰਘ ਜੀ ਦੇ ਕੋਲ ਚਲੇ ਗਏ ਕਹਿੰਦੇ ਬਾਬਾ ਜੀ ਤੁਸੀਂ ਇੱਥੋਂ ਚਲੇ ਜਾਓ ਬਾਬਾ ਅਜੀਤ ਸਿੰਘ ਜੀ ਕਹਿੰਦੇ ਕਹਿੰਦੇ ਉਹਦੇ ਸਿਆ ਕਿਹੋ ਜਿਹੀਆਂ ਗੱਲਾਂ ਕਰਦਾ ਹੋਏ ਬਾਬਾ ਉਹਦੇ ਸਿਆ ਉਮਰ ਚ ਤੇ ਮੈਂ ਤੇਰੇ ਨਾਲੋਂ ਛੋਟਾ ਵਾ ਪਰ ਬਾਬੇ ਉਹਦੇ ਸਿਆ ਅੱਗੇ ਇਕੱਠਿਆਂ ਨੇ ਆਪਾਂ ਜਦੋਂ ਪਣਤਾਣੀ ਛਡਾ ਕੇ ਲਿਆਂਦੀ ਸੀ ਨਾ ਉਹ ਵਸੀ ਤੋਂ ਤੇ ਉਦੋਂ ਵੀ ਤੁਸੀਂ ਕਹਿੰਦੇ ਸੀ ਵੀ ਤੁਸੀਂ ਇਕੱਲੇ ਨਿਕਲ ਜਾਓ ਅਸੀਂ ਆਪੇ ਹੀ ਲੜੀ ਜਾਂਦੇ ਹਾਂ ਤੇ ਉਦੋਂ ਮੈਂ ਆ ਗਿਆ ਸੀ ਕਿਤੇ ਨਹੀਂ ਉਹਦੇ ਸਿਆ ਇਸ ਤਰ੍ਹਾਂ ਗੱਲ ਨਹੀਂ ਬਣਨੀ ਮੈਂ ਇੱਥੇ ਜੂਝ ਕੇ ਸ਼ਹੀਦੀ ਪਾਵਾਂਗਾ ਕਹਿਣ ਲੱਗੇ ਤੁਹਾਨੂੰ ਵਾਸਤਾ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਬਾਬਾ ਜੀ ਤੁਹਾਨੂੰ ਕਲਗੀਆਂ ਵਾਲੇ ਨੇ ਬੁਲਾਇਆ ਬਾਬਾ ਜੀ ਕਹਿੰਦੇ ਐਵੇਂ ਆਉਂਦੇ ਹੋ ਮੈਨੂੰ ਭੇਜਣ ਦੇ ਵਾ ਮਾਰੇ ਤੇ ਬਾਬਾ ਉਦੈ ਸਿੰਘ ਕਹਿੰਦਾ ਤੁਹਾਨੂੰ ਗੁਰੂ ਸਾਹਿਬ ਦੇ ਚਰਨਾਂ ਦਾ ਵਾਸਤਾ ਚਲੇ ਜਾਓ ਜਿਵੇਂ ਮਰਜ਼ੀ ਚਲੇ ਜਾਓ ਜਿਵੇਂ ਮਰਜ਼ੀ ਮੰਨ ਕੇ ਚਲੇ ਜਾਓ ਬਾਬਾ ਜੀ ਤੁਰ ਪਏ ਕਹਿਣ ਲੱਗੇ ਉਹਦੇ ਸਿਆ ਚਰਨਾਂ ਦਾ ਵਾਸਤਾ ਨਾ ਦੇਂਦੋ ਤੇ ਮੈਂ ਤੈਨੂੰ ਛੱਡ ਕੇ ਨਾ ਜਾਂਦਾ ਬਾਬਾ ਉਦੈ ਸਿੰਘ ਵੇਖਦਾ ਕਿ ਬਾਬਾ ਜੀ ਨੂੰ ਫਿਰ ਬੈਰੀ ਪੈ ਰਹੇ ਨੇ ਕਹਿਣ ਲੱਗੇ ਜੀਵਨ ਸਿੰਘ ਜੀ ਤੁਸੀਂ ਵੀ ਨਾਲ ਜਾਓ ਬਾਬਾ ਜੀਵਨ ਸਿੰਘ ਉਹਦੀ ਤੇਗ ਇੱਕ ਪਾਸੇ ਚੱਲਦੀ ਏ ਇੱਕ ਪਾਸੇ ਪੱਟ ਪੱਟ ਟੱਕਰੇ ਕਰੀ ਜਾਂਦਾ ਬਾਬਾ ਅਜੀਤ ਸਿੰਘ ਇਹ ਦੋਵੇਂ ਸਰਸਾ ਤੋਂ ਪਾਰ ਹੋ ਕੇ ਕਲਗੀਆਂ ਵਾਲੇ ਨੂੰ ਮਿਲ ਗਏ ਬਾਬਾ ਉਦੈ ਸਿੰਘ ਮਰਦਾਂ ਦੀ ਤਰ੍ਹਾਂ ਲੜਦਾ ਜੂਝਦਾ ਹੋਇਆ ਸਰਸਾ ਨਦੀ ਦੇ ਕੰਢੇ ਉੱਤੇ 10 ਲੱਖ ਨੂੰ ਘੇਰ ਕੇ ਖੜਾ ਰਿਹਾ ਅੰਤ ਇੱਕ ਸਾਂਝਾ ਵਾਰ ਚੱਲਿਆ ਬਾਬਾ ਜੀ ਦਾ ਸਿਰ ਧੜ ਤੋਂ ਅਲੱਗ ਹੋ ਗਿਆ ਬਾਬਾ ਉਦੈ ਸਿੰਘ ਜੀ ਬਿਨਾਂ ਸਿਰ ਤੋਂ ਹੀ ਜੂਝਦੇ ਰਹੇ ਫਿਰ ਧੜ ਝੂਠਾ ਪੈ ਗਿਆ ਉਹ ਵੀ ਢਹਿ ਢੇਰੀ ਹੋ ਗਿਆ ਤੇ ਉੱਧਰ ਸਰਸਾ ਨਦੀ ਦੇ ਕੰਢੇ ਤੇ ਗੁਰੂ ਸਾਹਿਬ ਦਾ ਪਰਿਵਾਰ ਤਿੰਨਾਂ ਹਿੱਸਿਆਂ ਵਿੱਚ ਵਿਛੜ ਗਿਆ ਗੁਰੂ ਕੇ ਮਹਿਲ ਭਾਈ ਮਨੀ ਸਿੰਘ ਸਾਹਿਬ ਜੀ ਦੇ ਨਾਲ ਦਿੱਲੀ ਵੱਲ ਚਲੇ ਗਏ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਉਹ ਵੀ ਪਾਪੀ ਗੰਗੂ ਆਪਣੇ ਪਿੰਡ ਸਹੇੜੀ ਲੈ ਗਿਆ ਗੁਰੂ ਸਾਹਿਬ ਤੇ ਸਾਹਿਬਜ਼ਾਦੇ ਕੋਟਲਾ ਨਿਹੰਗ ਖਾਂ ਕੋਲ ਗਏ ਨੇ ਉਹਦੀ ਕੁਰਬਾਨੀ ਨੂੰ ਵੀ ਅਸੀਂ ਭੁੱਲ ਗਏ ਪਿਆਰਿਓ ਉਹ ਜ਼ਾਦਾ ਮੁਸਲਮਾਨ ਏ ਤੇ ਸਤਿਗੁਰੂ ਉਹਦੇ ਕੋਲ ਗਏ ਬੜੀ ਟਹਿਲ ਕੀਤੀ ਮਹਾਰਾਜ ਕਹਿੰਦੇ ਅਸੀਂ ਤੇ ਹੁਣ ਚਲੇ ਜਾਣਾ ਇਹ ਭਾਈ ਬਚਿੱਤਰ ਸਿੰਘ ਬੜਾ ਜ਼ਖਮੀ ਹੋ ਗਿਆ ਸਾਡਾ ਹੀ ਰੂਪ ਏ ਸਾਡੇ ਵਿੱਚ ਤੇ ਇਹਦੇ ਵਿੱਚ ਫਰਕ ਨਾ ਜਾਣੀ ਇਹਦੀ ਸੇਵਾ ਕਰੀ ਜਦੇ ਗੱਲ ਆਖੀ ਨਾ ਜਿਸ ਕਮਰੇ ਵਿੱਚ ਉਹਦੀ ਲੜਕੀ ਮੁਮਤਾਜ਼ ਰਹਿੰਦੀ ਸੀ ਨਾ ਉਸ ਕਮਰੇ ਦੇ ਵਿੱਚ ਭਾਈ ਬਚਿੱਤਰ ਸਿੰਘ ਜੀ ਨੂੰ ਲਟਾ ਦਿੱਤਾ ਬਾਹਰੋਂ ਉਹਨਾਂ ਕੁੰਡਾ ਲਾ ਦਿੱਤਾ ਇਹਨਾਂ ਨੂੰ ਮਗਰ ਫੌਜ ਆ ਗਈ ਹਵੇਲੀ ਦੀ ਤਲਾਸ਼ੀ ਹੋ ਰਹੀ ਹੈ ਜਦੋਂ ਉਸ ਕਮਰੇ ਮੋਹਰੇ ਗਏ ਨਾ ਆਖਣ ਲੱਗਾ ਕਮਰਾ ਖੋਲਿਆ ਜਾਵੇ ਕਹਿਣ ਲੱਗਾ ਜਨਾਬ ਇਹ ਕਮਰਾ ਨਾ ਖੋਲੋ ਕਹਿਣ ਲੱਗੇ ਕਿਉਂ ਇਹਦੇ ਵਿੱਚ ਗੁਰੂ ਗੋਬਿੰਦ ਸਿੰਘ ਛਪਾਇਆ ਹੋਇਆ ਤੈ ਕਹਿਣ ਲੱਗਾ ਨਹੀਂ ਇਹਦੇ ਵਿੱਚ ਮੇਰੀ ਬੇਟੀ ਤੇ ਮੇਰਾ ਦਮਾਦ ਨੇ ਕਹਿ ਦੇਣਾ ਬੜਾ ਸੌਖਾ
पर यह जहा शब्द मुख चो कढ़ना ना ये तो प्यारे हो हर कोई नहीं गल कह सकता। मेरा दमाद ते मेरी बेटी ने उन्हां नूं तुसीं तंग परेशान ना करो। ये मन गए ओ फौज ते गई चले ते अंदरों मुमताज निकलीए कहन लगी पिता जी तुसी बचन कर दिता हुण जिहड़ी बसी मेरी शादी कीती तुसी तय कीती होई सी ना हुण मैं उत्थे ब्याह नहीं करवाउणा हुण इस सिंह दे लेखे लगांगे। वो कहन लगा बचिए ये तो घड़ी पल का मेहमान है जख्म इन्ने ने शायद हुणे ही शरीर छड़ जाए। कहन लगी फिर की हो गया जिहड़ा बचन तुसी कर दिता हुण मैं ब्याह नहीं करवाउणा मैं निकाह नहीं पढ़ाउणा सत है। भाई बचित्र सिंह जी उत्थे शहीद हो गए ते ओ बीबी मुमताज सारी जिंदगी बाबे बचित्र सिंह नूं हाजर नाजर समझ के शहीदां सिंघां दी सेवा करती रही जिथे बंदगी करती रही परखाली दे लागे उत्थे भी उहदा स्थान बनिया होया उच्ची जगह अज लोक उहनूं नमस्कारां करदे ने। पिरलियां बीबियां इत्थों सतगुरु अगां तुर गए पहुंचे ने चमकौर दी घड़ी दे विच रात दा वक्त है सतगुरु ने ड्यूटी लाई हुई मोदन सिंह काठा सिंह पैरा दिते ने कोल चले गए कहिंदे मोदन सिया बरछा मैनू दे ए पैरा मैं देवांगा। कहन लगे महाराज तुसी पैरा दोगे? सतगुरु कहन लगे क्यों मैनू पैरा नहीं देना आउंदा? ओ सिंह मैं ते तुहाडे लई कदे पैरा देंदा रहा आ चमकौर आ गड़ी